ਦੋਸਤੋ ਜਾਨਲੇਵਾ ਬਿਮਾਰੀ ਤੋਂ ਬਚਣ ਲਈ ਨੁਸਖਾ ਦੱਸਣ ਲੱਗਾ ਵਾਂ, ਨਾਲੇ ਨੁਸਖਾ ਬਣਾ ਕੇ ਵੀ ਦਿਖਾਵਾਂਗਾ ਅਤੇ ਨਾਲੇ ਜੜੀ ਬੂਟੀਆਂ ਦੀ ਜਾਣ ਪਹਿਚਾਣ ਵੀ ਕਰਾਵਾਂਗਾ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਦੋਸਤੋ, ਇੰਟਰਨੈਟ 'ਤੇ ਜ਼ਿਆਦਾਤਰ ਗਲਤ ਜਾਣਕਾਰੀ ਜਾਂ ਅੱਧ ਪਚੱਧੀ ਜਾਣਕਾਰੀ ਦਿੱਤੀ ਹੁੰਦੀ ਹੈ ਜੋ ਸਿਹਤ ਲਈ ਹਾਨੀਕਾਰਕ ਜਾਂ ਜਾਨਲੇਵਾ ਸਾਬਤ ਵੀ ਹੋ ਸਕਦੀ ਹੈ। ਆਯੁਰਵੈਦਿਕ ਜੜੀ ਬੂਟੀਆਂ ਦੀ ਸਹੀ ਜਾਣਕਾਰੀ ਲਈ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਮਿੱਤਰ ਡਾਕਟਰ ਤਰਸੇਮ ਸਿੰਘ ਗੋਲਨ। ਤੁਸੀਂ ਦੇਖ ਰਹੇ ਜੇ ਆਯੁਰਵੈਦਿਕ ਡਾਕਟਰ ਗੋਲਨ ਚੈਨਲ। ਸੱਜਣਾਂ ਦਾ ਹੁਕਮ ਹੋਇਆ ਸੀ ਕਿ ਡੇਂਗੂ ਵਾਸਤੇ ਪਲੇਟਲੈਟ ਸੈੱਲ ਘਟੇ ਹੋਏ ਵਧਾਉਣ ਵਾਸਤੇ ਫਾਰਮੂਲਾ ਕੋਈ ਦੱਸਿਆ ਜਾਵੇ। ਬਹੁਤ ਸਾਰੇ ਸੱਜਣਾਂ ਦਾ ਹੁਕਮ ਹੋਇਆ ਸੀ, ਮੈਂ ਦੱਸਣ ਲੱਗਿਆ ਵਾਂ। ਜਿਹੜੀਆਂ ਚੀਜ਼ਾਂ ਮੈਂ ਦੱਸਣ ਲੱਗਿਆ ਵਾਂ ਇਹ ਆਮ ਚੀਜ਼ਾਂ ਵਾਂ, ਤਕਰੀਬਨ ਘਰ ਦੇ ਵਿੱਚ ਪਾਈਆਂ ਜਾਂਦੀਆਂ ਜਾਂ ਘਰ ਦੇ ਆਸੇ ਪਾਸੇ ਪਾਈਆਂ ਜਾਂਦੀਆਂ ਵਾਂ। ਇਹਦੀ ਵਰਤੋਂ ਦੇ ਨਾਲ ਪਲੇਟਲੈਟ ਸੈੱਲ ਵੱਧ ਜਾਂਦੇ ਆ, ਖੂਨ ਦੀ ਕਮੀ ਵੀ ਹੋਵੇ ਉਹ ਵੀ ਦੂਰ ਹੋ ਜਾਂਦੀ ਆ, ਇਮਿਊਨਿਟੀ ਵੀ ਬੂਸਟ ਹੁੰਦੀ ਆ, ਐਨਰਜੀ ਵੀ ਆਉਂਦੀ ਆ। ਬਹੁਤ ਵਧੀਆ ਫਾਰਮੂਲਾ ਵਾ ਅਤੇ ਬੜੀਆਂ ਸੌਖੀਆਂ ਜਿਹੀਆਂ ਚੀਜ਼ਾਂ ਵਾਂ। ਮੈਂ ਤੁਹਾਨੂੰ ਨੁਸਖੇ ਦੱਸਦਾ ਵਾਂ ਅਤੇ ਜੜੀ ਬੂਟੀਆਂ ਦੀ ਜਾਣ ਪਹਿਚਾਣ ਵੀ ਕਰਾਉਣਾ ਵਾਂ, ਕਿਉਂਕਿ ਕੋਈ ਵੀ ਸੱਜਣ ਨੁਸਖਾ ਬਣਾਉਣ ਵੇਲੇ ਕੋਈ ਧੋਖਾ ਨਾ ਖਾ ਲਵੇ। ਉਹਨਾਂ ਨੂੰ ਚੀਜ਼ਾਂ ਦੀ ਪਹਿਚਾਣ ਹੋਵੇ, ਜੇ ਚੀਜ਼ਾਂ ਦੀ ਪਹਿਚਾਣ ਹੋਏਗੀ ਤਾਂ ਚੰਗੀ ਔਸ਼ਧੀ ਜਾਂ ਚੰਗਾ ਫਾਰਮੂਲਾ ਤਦ ਹੀ ਬਣੇਗਾ। ਉਹਦੇ ਲਈ ਆਯੁਰਵੈਦਿਕ ਜੜੀ ਬੂਟੀਆਂ ਦੀ ਪਹਿਚਾਣ ਹੋਣਾ ਜ਼ਰੂਰੀ ਆ। ਇਸੇ ਲਈ ਮੈਂ ਨਾਲ ਜੜੀ ਬੂਟੀਆਂ ਦਿਖਾਉਂਦਾ ਵੀ ਹਾਂ। ਘਟੇ ਹੋਏ ਪਲੇਟਲੈਟ ਸੈੱਲ ਵਧਾਉਣ ਲਈ ਇਹ ਪੰਜ ਚੀਜ਼ਾਂ ਵਾਂ ਅਤੇ ਇਹਨਾਂ ਦੀ ਮੈਂ ਤੁਹਾਨੂੰ ਪਹਿਚਾਣ ਕਰਾਉਣਾ ਵਾਂ ਅਤੇ ਤੁਹਾਨੂੰ ਦੱਸਦਾ ਵੀ ਹਾਂ ਵੀ ਇਹਨਾਂ ਦਾ ਕਰਨਾ ਕੀ ਆ। ਇਹ ਜੇ ਭੂਮੀ ਆਮਲਾ ਇੱਕ ਨੰਬਰ 'ਤੇ, ਦੂਜੇ ਨੰਬਰ 'ਤੇ ਹੈਗਾ ਵਾ ਤੁਲਸੀ ਪੱਤਰ, ਤੀਜੇ ਨੰਬਰ 'ਤੇ ਗਲੋ ਆ, ਚੌਥੇ ਨੰਬਰ 'ਤੇ ਕੁਵਾਰ ਗੰਧਲ ਆ ਜਿਹਨੂੰ ਐਲੋਵੀਰਾ ਕਹਿ ਦਿੰਦੇ ਹਾਂ, ਪੰਜਵੇਂ ਨੰਬਰ 'ਤੇ ਪਪੀਤੇ ਦੇ ਪੱਤੇ ਆ। ਇੱਕ ਚੀਜ਼ ਵਿੱਚ ਹੋਰ ਪੈ ਸਕਦੀ ਆ, ਜੇਕਰ ਅਵੇਲੇਬਲ ਹੋਵੇ ਤੁਹਾਡੇ ਕੋਲ ਬੀਜੀ ਹੋਈ ਹਰੀ ਕਣਕ ਛੋਟੀ ਛੋਟੀ ਜਿਹਨੂੰ ਵੀਡ ਗ੍ਰਾਫ ਵੀ ਕਹਿ ਦਿੰਦੇ ਆ, ਉਹ ਵੀ ਇਹਦੇ ਵਿੱਚ ਇਸਤੇਮਾਲ ਕੀਤੀ ਜਾਵੇ, ਛੇਵੀਂ ਚੀਜ਼ ਅਤੇ ਬਹੁਤ ਵਧੀਆ ਇਹ ਔਸ਼ਧੀ ਬਣ ਜਾਂਦੀ ਆ। ਵੈਸੇ ਵੀ ਇਹ ਕੰਪਲੀਟ ਔਸ਼ਧੀ ਹੋਈ ਆ, ਇਹ ਜਿਹੜੀਆਂ ਪੰਜ ਚੀਜ਼ਾਂ ਵਾਂ ਇਮਿਊਨਿਟੀ ਬੂਸਟ ਕਰਨ ਲਈ, ਘਟੇ ਹੋਏ ਪਲੇਟਲੈਟ ਸੈੱਲ ਵਧਾਉਣ ਲਈ ਇਹ ਕੰਪਲੀਟ ਆ। ਅਗਰ ਇਹਦੇ ਵਿੱਚ ਉਹ ਚੀਜ਼ ਸ਼ਾਮਿਲ ਹੋ ਜਾਂਦੀ ਆ ਬਹੁਤ ਵਧੀਆ ਵਾ। ਇਸ ਤੋਂ ਇਲਾਵਾ ਤੁਸੀਂ ਅਦਰਕ ਵੀ ਪਾ ਸਕਦੇ ਜੇ ਬੁਖਾਰ ਨਾਲ ਘਟੇ ਹੋਏ ਪਲੇਟਲੈਟ ਸੈੱਲ ਜਾਂ ਖੂਨ ਦੀ ਕਮੀ ਹੋਵੇ, ਯਕੀਨਨ ਇਹਨਾਂ ਦਵਾਈਆਂ ਦੇ ਨਾਲ ਵੱਧ ਜਾਂਦੀ ਆ। ਬੜੀਆਂ ਨੋਰਮਲ ਜਿਹੀਆਂ ਔਸ਼ਧੀਆਂ ਵਾ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਵਾ, ਇੱਕ ਭੂਮੀ ਆਮਲਾ ਵਾ, ਤੁਲਸੀ ਪੱਤਰ ਆ, ਗਲੋ ਆ, ਐਲੋਵੀਰਾ ਵਾ ਜਿਹਨੂੰ ਕੁਵਾਰ ਗੰਦਲ ਕਹਿ ਦਿੰਦੇ ਹਾਂ, ਅਤੇ ਇਹਦੇ ਵਿੱਚ ਹੈਗਾ ਵਾ ਪਪੀਤੇ ਦਾ ਪੱਤਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਥਾਂ 'ਤੇ ਇਹਨਾਂ ਨੂੰ ਲੈ ਲੈਣਾ, ਹਮ ਵਜਨ ਇੱਕੋ ਜਿਹਾ ਲੈ ਲੈਣਾ ਵਾ ਬਰਾਬਰ, ਅਤੇ ਇਹਨਾਂ ਦਾ ਬਣਾ ਲੈਣਾ ਵਾ ਜੂਸ। ਜਿਹੜਾ ਆ ਭੂਮੀ ਆਮਲਾ ਵਾ, ਭੂਮੀ ਆਮਲਾ ਦੀ ਇਹਦੇ ਵਿੱਚ ਜੜ ਨਹੀਂ ਪਾਉਣੀ, ਬਾਕੀ ਪੂਰੇ ਬੂਟੇ ਦਾ ਰਸ ਤੁਸੀਂ ਕੱਢ ਸਕਦੇ ਹਾਂ। ਜ਼ਿਆਦਾਤਰ ਰਸ ਨਿਕਲਦਾ ਵਾ ਪੱਤਿਆਂ ਦੇ ਵਿੱਚੋਂ, ਪਪੀਤੇ ਦਾ ਪੱਤਾ ਇਹ ਪੂਰਾ ਪਾ ਲੈਣਾ ਵਾ, ਐਲੋਵੀਰਾ ਦੀ ਵਿੱਚੋਂ ਜੈੱਲ ਪਾ ਲੈਣੀ ਆ, ਗਲੋ ਦੇ ਹਰੇ ਪੱਤੇ ਅਤੇ ਹਰੀਆਂ ਟਾਹਣੀਆਂ ਪਾਉਣੀਆਂ, ਅਤੇ ਤੁਲਸੀ ਦੇ ਪੱਤਰ ਜਿਹੜੇ ਹੈਗੇ ਆ ਇਹ ਪਾ ਲੈਣੇ ਆ ਇਸ ਤਰ੍ਹਾਂ ਤੋੜ ਕੇ, ਅਤੇ ਇਹ ਪਾ ਲੈਣਾ ਵਾ ਭੂਮੀ ਆਮਲਾ, ਅਤੇ ਇਹਨਾਂ ਨੂੰ ਕੁੱਟ ਕੇ ਅਤੇ ਬਣਾ ਲੈਣਾ ਵਾ ਰਸਾ ਇਹਨਾਂ ਦਾ, ਅਤੇ ਰਸਾ ਆਪਾਂ ਇਹਦਾ ਜਿਹੜਾ ਵਾ 3 ਤੋਂ 5 ਚਮਚੇ ਪੀ ਸਕਦੇ ਹਾਂ ਪਾਣੀ ਦੇ ਵਿੱਚ ਮਿਕਸ ਕਰਕੇ। ਜਿਨ੍ਹਾਂ ਦੇ ਜ਼ਿਆਦਾ ਪਲੇਟਲੈਟ ਸੈੱਲ ਘਟੇ ਆ ਉਹ ਇਹਨੂੰ 2 ਟਾਈਮ ਵੀ ਪੀ ਸਕਦੇ ਆ, 3 ਟਾਈਮ ਵੀ ਪੀ ਸਕਦੇ ਆ। ਆਓ ਇਹਨਾਂ ਜੜੀ ਬੂਟੀਆਂ ਦੀ ਜਾਣ ਪਹਿਚਾਣ ਕਰੋ। ਜੜੀ ਬੂਟੀਆਂ ਦੀ ਜਾਣ ਪਹਿਚਾਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ, ਸ਼ੇਅਰ, ਆਯੁਰਵੈਦਿਕ ਡਾਕਟਰ ਗੋਲਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬਾਕੀ ਸਾਡੀ ਕੋਈ ਵੀ ਦੱਸੀ ਹੋਈ ਦਵਾਈ ਜਾਂ ਨੁਸਖਾ ਵਰਤਣਾ ਵਾ, ਆਯੁਰਵੈਦਿਕ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਇਸ ਨੁਸਖੇ ਦੇ ਵਿੱਚ 5 ਚੀਜ਼ਾਂ ਨੇ, 4 ਚੀਜ਼ਾਂ ਤੁਸੀਂ ਤਕਰੀਬਨ ਸਾਰੇ ਸੱਜਣ ਜਾਣਦੇ ਜੇ। ਇਹ ਆ ਜੀ ਭੂਮੀ ਆਮਲੇ ਦਾ ਬੂਟਾ, ਜ਼ਿਆਦਾਤਰ ਬਾਗ ਬਗੀਚਿਆਂ ਜਾਂ ਜੰਗਲੀ ਥਾਵਾਂ ਦੇ ਵਿੱਚ ਆਮ ਹੀ ਇਹ ਪਾਇਆ ਜਾਂਦਾ। ਭੂਮੀ ਆਮਲੇ ਦੀਆਂ 3 ਪ੍ਰਜਾਤੀਆਂ ਪਾਈਆਂ ਜਾਂਦੀਆਂ ਵਾਂ ਅਤੇ ਇਹ ਖਾਣ ਦੇ ਵਿੱਚ ਖੱਟਾ ਮਿੱਠਾ ਅਤੇ ਥੋੜ੍ਹਾ ਜਿਹਾ ਕਸੈਲਾ ਹੁੰਦਾ ਵਾ। ਭੂਮੀ ਆਮਲਾ ਆਮ ਔਸ਼ਧੀ ਆ, ਪਰ ਇਹਦੀ ਜਾਣ ਪਹਿਚਾਣ ਬਹੁਤ ਘੱਟ ਸੱਜਣਾਂ ਨੂੰ ਆ, ਇਸੇ ਲਈ ਮੈਂ ਸਮਝਿਆ ਕਿ ਭੂਮੀ ਆਮਲੇ ਦੀ ਜਾਣ ਪਹਿਚਾਣ ਜ਼ਰੂਰ ਕਰਾਈ ਜਾਵੇ। ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕਾ ਵਾਂ ਭੂਮੀ ਆਮਲੇ ਦੀ ਬਣਾ ਕੇ। ਇਹਦੀ ਪਹਿਚਾਣ ਟਾਹਣੀ ਦੇ ਥੱਲੇ ਇੱਕ ਕਤਾਰ ਦੇ ਵਿੱਚ ਇਹਨੂੰ ਔਲੇ ਲੱਗਦੇ ਆ, ਇਹ ਨਿੱਕੇ ਨਿੱਕੇ ਬੀਜ ਔਲੇ ਹੀ ਆ, ਇਹ ਟਾਹਣੀ ਦੇ ਨੀਚੇ ਲੱਗਦੇ, ਉੱਪਰੇ ਦੇ ਪੱਤੇ ਹੁੰਦੇ ਆ।
ਮੀ ਆਂਵਲਾ ਇੱਕ ਇਹੋ ਜਿਹੀ ਔਸ਼ਧੀ ਆ, ਲੀਵਰ ਦੀ ਕੋਈ ਵੀ ਬਿਮਾਰੀ ਹੋਵੇ ਉਹਦੇ ਲਈ ਇਹ ਬਹੁਤ ਵਧੀਆ ਵਾ, ਰਾਮਬਾਨ ਇਲਾਜ ਆ। ਹੋਰ ਇਹਦੇ ਨਾਲ ਬੁਖਾਰ, ਖੰਘ, ਪੀਲੀਆ ਬਹੁਤ ਸਾਰੀਆਂ ਬਿਮਾਰੀਆਂ ਇਹਦੇ ਨਾਲ ਠੀਕ ਹੁੰਦੀਆਂ ਵਾ। ਡੇਂਗੂ ਵਾਸਤੇ ਰਸ ਕੱਢਣ ਲਈ ਸਾਰੀਆਂ ਚੀਜ਼ਾਂ ਨੂੰ ਧੋ ਬਣਾ ਲੈਣਾ ਵਾ, ਐਲੋਵੀਰਾ ਜੈੱਲ ਕੱਢ ਕੇ ਰੱਖ ਲੈਣੀ ਆ, ਪਾਉਣੀ ਬਾਅਦ ਦੇ ਵਿੱਚ ਆ, ਇਸ ਤਰ੍ਹਾਂ ਇਹਨੂੰ ਕੱਢ ਕੇ ਰੱਖ ਲੈਣਾ ਵਾ। ਬਾਕੀ ਸਾਰੀਆਂ ਚੀਜ਼ਾਂ ਗਲੋ, ਭੂਮੀ ਆਮਲਾ, ਤੁਲਸੀ ਪੱਤਰ ਅਤੇ ਪਪੀਤੇ ਦੇ ਪੱਤੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਧੋ ਕੇ ਚੰਗੀ ਤਰ੍ਹਾਂ ਅਤੇ ਮਾਮ ਦਸਤੇ ਦੇ ਵਿੱਚ ਪਾਣੀ ਪਾ ਕੇ ਥੋੜ੍ਹਾ ਜਿਹਾ ਕੁੱਟ ਲੈਣਾ ਵਾ, ਨਹੀਂ ਤਾਂ ਮਿਕਸੀ ਦੇ ਵਿੱਚ ਥੋੜ੍ਹਾ ਪਾਣੀ ਪਾ ਕੇ ਅਤੇ ਕਰ ਲੈਣਾ ਵਾ ਗ੍ਰੈਂਡ। ਗ੍ਰੈਂਡ ਕਰਨ ਤੋਂ ਬਾਅਦ 'ਚ ਰਸ ਨੂੰ ਇਸ ਤਰ੍ਹਾਂ ਕੱਪੜੇ ਦੇ ਵਿੱਚੋਂ ਦੀ ਨਿਚੋੜ ਲੈਣਾ ਵਾ। ਹੁਣ ਇਹ ਰਸ ਕਟੇ ਹੋਏ ਪਲੇਟਲੈਟ ਸੈੱਲ, ਡੇਂਗੂ ਬੁਖਾਰ ਲਈ, ਇਮਿਊਨਿਟੀ ਬੂਸਟ ਕਰਨ ਲਈ ਤਿਆਰ ਵਾ, ਅਤੇ ਐਲੋਵੀਰਾ ਨੂੰ ਗ੍ਰੈਂਡ ਕਰਕੇ ਹੁਣ ਇਹਦੇ ਵਿੱਚ ਪਾ ਦੇਣਾ ਵਾ।